ਪੰਜਾਬ ਸਾਹਿਤ ਅਕੈਡਮੀ ਦੇ ਪ੍ਰਧਾਨ ਡਾਕਟਰ ਸਰਬਜੀਤ ਕੌਰ ਸੋਹਲ, ਉਹਨਾਂ ਦੇ ਸਹਿਯੋਗੀ ਬਲਵੰਤ ਭਾਟੀਆ ਜੀ ਅਤੇ ਜਨਾਬ ਅਸ਼ੋਕ ਕੁਮਾਰ ਅਸ਼ੋਕ ਭੰਡਾਰੀ ਨਾਦਰ ਜੀ, ਇਹਨਾਂ ਦੇ ਸਹਿਯੋਗ ਨਾਲ, ਇਹਨਾਂ ਦੇ ਮੇਲਜੋਲ ਦੇ ਨਾਲ 3 ਦਿਨਾਂ ਮਹਾਂਕੁੰਭ ਲੇਖਕਾਂ ਦਾ, ਪੰਜਾਬੀ ਸਾਹਿਤਕਾਰਾਂ ਦਾ ਮਹਾਂਕੁੰਭ ਸੋਲਨ ਦੇ ਵਿੱਚ ਹੋਇਆ 28, 29, 30 ਨੂੰ। ਔਰ ਜਿਹੜਾ ਮੈਂ ਸਮਝਦਾ ਕਿ ਆਪਣੇ ਆਪ ਵਿੱਚ ਇੱਕ ਬੜਾ ਯੂਨੀਕ ਸੰਮੇਲਨ ਸੀ। ਕਿਉਂ ਜੋ ਇਹਦੇ ਵਿੱਚ ਪੰਜਾਬੀ ਸਾਹਿਤ ਨਾਲ ਜੁੜੇ ਵੱਖ ਵੱਖ ਵਿਧਾ ਨਾਲ ਜੁੜੇ ਉਹ ਸਾਹਿਤਕਾਰ ਬੁਲਾਏ ਗਏ, ਜਿਹੜੇ ਅਸਲੋਂ ਨਵੇਂ ਵੀ ਸਨ, ਦਰਮਿਆਨ ਦੇ ਪੀੜ੍ਹੀ ਦੇ ਵੀ ਸਨ ਔਰ ਵੱਡੀ ਪੀੜ੍ਹੀ ਦੇ ਵੀ ਸਨ। ਹੁਣ ਜਿਵੇਂ ਦਰਸ਼ਨ ਬੁੱਟਰ ਜੀ, ਉਹਨਾਂ ਦੇ ਇਲਾਵਾ ਗੁਰਸੇਵਕ ਲੰਬੀ ਜੀ, ਫਿਰ ਇੰਦਰ ਵਰਸ਼ਾ ਜੀ, ਫਿਰ ਪਵਿੱਤਰ ਕੌਰ ਮਾਟੀ ਜੀ, ਫਿਰ ਪ੍ਰੋਫੈਸਰ ਨਵਰੂਪ ਕੌਰ ਜੀ, ਸੁਖਵਿੰਦਰ ਆਹੀ ਜੀ, ਔਰ ਸਾਡੇ ਸਭ ਤੋਂ ਛੋਟੀ ਉਮਰ ਦੀ ਮੈਂ ਸਮਝਦਾ ਕਿ ਹਰਲੀਨ ਸੋਨਾ। ਔਰ ਅੱਜ ਇਹਦੇ ਵਿੱਚ ਜਿਹੜੇ ਸਾਹਿਤਕਾਰ ਰਹੇ ਨੇ 3 ਦਿਨ, ਇਹਦਾ ਇੱਕ ਤਾਂ ਫਾਇਦਾ ਕਿ ਉਹਨਾਂ ਨੇ ਆਪਣੀ ਰਚਨ ਪ੍ਰਕਿਰਿਆ ਨੂੰ ਬਿਲਕੁਲ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਪੇਸ਼ ਕੀਤਾ। ਔਰ ਜਿਹੜਾ ਮੈਂ ਸਮਝਦਾ ਕਿ ਜਦੋਂ ਕਿਤਾਬ ਦੇ ਰੂਪ ਵਿੱਚ ਡਾਕਟਰ ਸਰਬਜੀਤ ਕੌਰ ਸੋਹਲ ਜੀ ਲੈ ਕੇ ਆਉਣਗੇ ਕਿਤਾਬੀ ਰੂਪ ਦੇ ਵਿੱਚ, ਉਹਨੂੰ ਕਿਤਾਬ ਨੂੰ ਜਦੋਂ ਬਾਕੀ ਦੇ ਸਾਹਿਤਕਾਰ ਜਾਂ ਉਹ ਬੱਚੇ ਪੜ੍ਹਨਗੇ ਜਿਨ੍ਹਾਂ ਨੂੰ ਲਿਖਣ ਦਾ ਸ਼ੌਕ ਹੋਏਗਾ, ਤਾਂ ਯਕੀਨਨ ਉਹਨਾਂ ਨੂੰ ਨਵੀਆਂ ਰਾਹਾਂ ਉਸ ਤੋਂ ਮਿਲਣਗੀਆਂ। ਔਰ ਅੱਜ ਇੱਕ ਗੱਲ, ਅੱਜ 30 ਤਾਰੀਖ ਨੂੰ ਮੈਂ ਇੱਕ ਹੋਰ ਨਵੀਂ ਗੱਲ ਵੇਖੀ ਹੈ, ਸੁਣੀ ਹੈ ਔਰ ਮੇਰੇ ਅੱਖਾਂ ਦੇ ਸਾਹਮਣੇ ਬੀਤੀ ਹੈ ਕਿ ਇੱਕ ਉਹ ਕਵਿਤਰੀ ਜਾਂ ਉਹ ਸਾਹਿਤਕਾਰਾ ਜਾਂ ਉਹ ਇੱਕ ਬੱਚੀ ਜਿਹੜੀ ਜ਼ਿੰਦਗੀ ਤੋਂ ਮਾਯੂਸ ਹੋ ਗਈ ਸੀ ਔਰ ਜ਼ਿੰਦਗੀ ਨੂੰ ਖੈਰਬਾਦ ਕਹਿਣਾ ਚਾਹੁੰਦੀ ਸੀ, ਉਹਨੂੰ ਕਵਿਤਾ ਨੇ ਨਵੀਂ ਜਾਨ ਬਖਸ਼ੀ ਹੈ। ਇਹ ਸਭ ਤੋਂ ਵੱਡੀ ਮੈਂ ਕਵਿਤਾ ਦੀ ਸ਼ਕਤੀ ਅੱਜ ਵੇਖੀ ਹੈ ਕਿ ਕਿਸ ਤਰੀਕੇ ਦੇ ਨਾਲ ਕਵਿਤਾ ਜਿਹੜੀ ਹੈ ਉਹ ਕਿਸੇ ਨੂੰ ਨਵਾਂ ਜੀਵਨ ਪ੍ਰਦਾਨ ਕਰਦੀ ਹੈ। ਔਰ ਇਸ ਦੇ ਇਲਾਵਾ ਵੀ ਜਿਹੜੇ ਬਾਕੀ ਦੇ ਜਿੰਨੇ ਸਾਹਿਤਕਾਰ ਨੇ, ਜੋ ਉਹਨਾਂ ਨੇ ਵਿਚਾਰ ਪੇਸ਼ ਕੀਤੇ ਨੇ, ਉਹ ਹਰ ਇੱਕ ਆਪਣੀ ਆਪਣੀ ਵਿਧਾ ਬਾਰੇ, ਇਹ ਮੈਂ ਸਮਝਦਾ ਹਾਂ ਕਿ ਆਉਣ ਵਾਲੀ ਪੀੜ੍ਹੀ ਲਈ ਇਹ ਇੱਕ ਬਾਕਾਇਦਾ ਰਸਤੇ ਦਾ ਕੰਮ ਕਰਨਗੇ ਔਰ ਉਹਨਾਂ ਨੂੰ ਇਸ ਤੋਂ ਬਹੁਤ ਉਤਸ਼ਾਹ ਮਿਲੇਗਾ। ਸੋ ਅੱਜ ਦੇ ਇਸ ਸਮਾਗਮ ਲਈ ਜਿਹੜਾ ਮਹਾਂਕੁੰਭ ਜੁੜਿਆ ਹੈ, ਇਹਦੇ ਲਈ ਫਿਰ ਮੈਂ ਪੰਜਾਬ ਸਾਹਿਤ ਅਕੈਡਮੀ ਦੇ ਪ੍ਰਧਾਨ ਡਾਕਟਰ ਸਰਬਜੀਤ ਕੌਰ ਸੋਹਲ, ਬਲਵੰਤ ਭਾਟੀਆ ਜੀ, ਅਸ਼ੋਕ ਨਾਦਰ ਜੀ ਔਰ ਸਾਰੇ ਲੇਖਕਾਂ ਦਾ ਜਿਹੜੇ ਤਸ਼ਰੀਫ ਲਿਆਏ ਨੇ ਔਰ ਪਰਿਵਾਰ ਵਾਂਗੂ ਰਹੇ ਨੇ ਇੱਥੇ ਵਾਦੀਆਂ ਦੇ ਵਿੱਚ, ਸੁੰਦਰ ਵਾਦੀਆਂ ਦੇ ਵਿੱਚ, ਉਹ ਸਾਰਿਆਂ ਨੂੰ ਮੈਂ ਧੰਨਵਾਦ ਕਰਦਾ।